1984 ਦੇ ਦਿੱਲੀ ਸਿੱਖ ਕਤਲੇਆਮ ਦਾ ਦਰਦ ਸਿੱਖਾਂ ਦੇ ਦਿਲਾਂ ਤੋਂ ਕਦੀ ਵਿਸਰਦਾ ਨਹੀਂ, ਭਾਵੇਂ ਉਹ ਭਾਰਤ ਵਿੱਚ ਰਹਿਣ ਅਤੇ ਭਾਵੇਂ ਵਿਦੇਸ਼ਾਂ ਵਿੱਚ। 1 ਨਵੰਬਰ ਤੋਂ 4 ਨਵੰਬਰ 1984 ਨੂੰ ਵਾਪਰੀ ਇਸ ਨਸ਼ਲਕੁਸ਼ੀ ਦੇ ਸ਼ਿਕਾਰ ਸਿੱਖਾਂ ਨੂੰ ਯਾਦ ਕਰਦਿਆਂ ਅਤੇ 33 ਸਾਲਾਂ ਤੋਂ ਇਨਸਾਫ਼ ਦੀ ਰਾਹ ਦੇਖਦੇ ਸਿੱਖਾਂ ਬਾਰੇ ਜਗਮੀਤ ਸਿੰਘ ਨੇ ਵੀ ਸਿੱਖ ਸਮੁਦਾਇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਜਗਮੀਤ ਸਿੰਘ ਦੇ ਇਸ ਭਾਸ਼ਣ ਦੌਰਾਨ ਜੈਕਾਰੇ ਵੀ ਗੂੰਜਦੇ ਰਹੇ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਓ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੈਨ ਵੀ ਥਿੰਕ ਅਬਾਊਟ 1984, ਆਈ ਨੋ ਆਲ ਆਫ ਅਸ ਹੈਵ ਸਮ ਪਰਸਨਲ ਮੈਮਰੀ। ਮੈਨੂੰ ਪਤਾ ਹੈ ਕਿ ਜੇ ਅਸੀਂ 84 ਬਾਰੇ ਸੋਚੀਏ ਤਾਂ ਹਰੇਕ ਦਾ ਆਪਣਾ ਪਰਸਨਲ ਕਹਾਣੀ ਹੈ, ਜਾਂ ਤਾਂ ਉਹਨੂੰ ਐਕਸਪੀਰੀਅੰਸ ਕਰਦੇ ਨੂੰ ਉਹਨੇ ਪਤਾ ਹੈ ਕਿ ਕਿੱਥੇ ਸੀਗੇ। ਅਤੇ ਯੂਥ ਲਈ ਸਾਨੂੰ ਵੀ ਬਹੁਤ ਇੰਪੈਕਟ ਹੋਇਆ। ਵੀ ਥਿੰਕ ਅਬਾਊਟ ਐਸ ਯੰਗ ਪੀਪਲ, ਵੀ ਨੋ ਵੈਦਰ ਵੀ ਰਿਮੈਂਬਰ 1984 ਨਾਟ ਡਾਇਰੈਕਟਲੀ, ਵੀ ਸਾ ਆਰ ਪੇਰੈਂਟਸ ਅਫੈਕਟਡ ਡਾਇਰੈਕਟਲੀ, ਵੀ ਸਾ ਦ ਸੈਡਨੈਸ ਇਨ ਦੇਅਰ ਆਈਜ਼, we saw the pain in their hearts, we experienced it even though we may not have known it. Even till this day, people who were born after 1984, children still feel the pain through the pain of their parents. The loss of the Sikh community is something that we all feel. Sansaron dagya, I want to talk to you today. We all know what happened in 1984. We all know that this was a genocide. We already know ki jo Hindustan de sarkar ne jaan bujh ke Sikhan nu khatam karna unna da maqsad siga, sanu sab nu pata aya, ehde vich koi shak nahi, inna so kuch nahi si. And the attack on Harmandir Sahib, we all know, was planned, it was organized. We all know this. In specific, if you look at some of the examples, ਇਸ ਜਾਣ ਬੁੱਝ ਕੇ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਚਲਾ ਤਾ। ਇਹ ਕੋਈ ਮਿਲੀਟਰੀ ਆਪਰੇਸ਼ਨ ਸੀਗਾ ਜਿੱਥੇ countless priceless artifacts were destroyed. This wasn't a military operation, we know that. But what is our response to this knowledge? ਹੁਣ ਅਸੀਂ ਕੀ ਕਰ ਸਕਦੇ ਹਾਂ? ਇੱਕ ਅਸੀਂ ਯਾਦ ਕਰਦੇ ਹਾਂ, ਇਹ ਤਾਂ ਜ਼ਰੂਰੀ ਗੱਲ ਆ। When I was talking about the fact that as young people, as a young child, I remember reading about 1984. ਮੈਨੂੰ ਚੇਤਾ ਆਇਆ ਕਿ ਪਹਿਲੀ ਵਾਰੀ ਜਦੋਂ ਮੈਂ ਹਰਿਮੰਦਰ ਸਾਹਿਬ ਦੇ ਫੋਟੋ ਦੇਖੇ ਕਿ ਉੱਥੇ ਤੋਪ ਚਲਾਏ, ਉੱਥੇ ਕਿੰਨਾ ਡੈਮੇਜ ਹੋਇਆ, ਕਿੰਨੇ ਆਪਣੇ ਸਿੱਖ ਭੈਣ ਭਰਾ ਉੱਥੇ ਕਤਲ ਹੋਏ, ਮੈਨੂੰ ਚੇਤਾ ਆਇਆ ਬਚਪਨ ਜਦੋਂ ਮੈਂ ਪਹਿਲੀ ਵਾਰੀ ਉਹਦੇ ਫੋਟੋਆਂ ਦੇਖੀਆਂ, ਪਹਿਲੀ ਵਾਰੀ ਜਦੋਂ ਮੈਂ ਇਹਦੇ ਬਾਰੇ ਪੜ੍ਹਿਆ, ਅਤੇ ਮੇਰੇ ਦਿਲ 'ਚ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਹੋਇਆ। ਆਈ ਵਾਜ਼ ਸੋ ਫਰਸਟ੍ਰੇਟਿਡ, ਆਈ ਵਾਜ਼ ਸੋ ਐਂਗਰੀ ਦੈਟ ਦਿਸ ਕੁਡ ਹੈਪਨ ਟੂ ਮਾਈ ਪੀਪਲ, ਦੈਟ ਸਿੱਖਸ ਜਸਟ ਫੋਰ ਦੇ ਸਿੱਖੀ ਸਰੂਪ were targeted and attacked in Harmandir Sahib. Mere dost jane nu mare te mere bahut frustration hoya, and I thought, what can I do with this frustration? I thought, what can I do with this feeling of frustration? I was a young child, te mere frustration se jab main socha ki kya kara, and I thought that for Sikhi, what is the Sikh response? Te tusanu thoda aap bataya jaisi dekhi hai ke 84 to baad ki hoya, Sikha ne ki kita. If we look at it, Sikhs were targeted for wearing dastar and a ghatra. Sikhan ne ki kita, Sikhan ne dastar te ghatre sajaye. Eh sochne wali gall hai ke sanu sirf apni shurup karke mare, sade dastar te sade
ਗਾਤਰੀ ਕਰਕੇ ਸਾਨੂੰ ਕਤਲ ਕੀਤੇ ਤੇ ਸਿੱਖਾਂ ਦਾ ਜਵਾਬ ਕੀ ਸੀਗਾ? ਸਿੱਖਾਂ ਨੇ ਹੋਰ ਦਸਤਾਰ ਪਾਏ ਤੇ ਹੋਰ ਕਿਰਪਾਨ ਗਾਤਰੇ ਲਾਏ। ਇਹ ਸਿੱਖੀ ਦੀ ਰਿਸਪਾਂਸ ਸੀਗੀ ਤੇ ਬਹੁਤ ਮਾਣ ਵਾਲੀ ਗੱਲ ਆ। ਜੇ ਸੋਚੀ ਜਾਵੇ ਇਹਦੇ ਬਾਰੇ, ਜੋ ਤੁਸੀਂ ਮਰਜ਼ੀ ਕਰੋ ਸਾਨੂੰ ਖਤਮ ਕਰ ਲਓ, ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਇੰਡੀਅਨ ਸਰਕਾਰ, ਅਸੀਂ ਨਹੀਂ ਖਤਮ ਹੁੰਦੇ, ਅਸੀਂ ਇੱਥੇ ਹੈਗੇ ਹਾਂ। ਤੇ ਕੱਲ੍ਹ ਮੈਂ ਜੇ ਥੋੜ੍ਹਾ ਕੁਛ ਕਰ ਸਕਦਾ ਤਾਂ ਮੈਂ ਸਿੱਖੀ ਵੱਲ ਜ਼ਿਆਦਾ ਜਾਊਂਗਾ, ਮੈਂ ਸਿੱਖੀ ਨੂੰ ਹੋਰ ਪਿਆਰ ਕਰੂੰਗਾ, ਮੈਂ ਆਪਣੇ ਸਰੂਪ ਨੂੰ ਹੋਰ ਪਿਆਰ ਕਰੂੰਗਾ। ਤੁਸੀਂ ਚਾਹੁੰਦੇ ਨਹੀਂ ਹੈਗੇ ਫਿਰ ਅਸੀਂ ਕਰਾਂਗੇ ਇੱਦਾਂ। ਸੋ ਮੇਰੀ ਇੱਕ ਬੇਨਤੀ ਹੈਗੀ ਹੈ, ਆਈ ਹੈਵ ਅ ਰਿਕੁਐਸਟ ਫੋਰ ਯੂ। We often are afraid to talk about what happened in 1984. ਅਸੀਂ ਡਰਦੇ ਹਾਂ ਕਿ ਜੋ ਹੋਇਆ, ਸਾਡੇ ਬਹੁਤ ਦਰਦ ਹੋਇਆ, ਬਹੁਤ ਜ਼ਖਮ ਹਾਲੇ ਤੱਕ ਹੈਗੇ ਆ, ਤੇ ਅਸੀਂ ਡਰਦੇ ਹਾਂ ਆਪਣੇ ਬੱਚੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਨੇ। ਤੇ ਮੇਰੇ ਮਾਂ ਪਿਓ ਨੇ ਮੇਰੇ ਨਾਲ ਗੱਲ ਕੀਤੀ ਹੈ, ਮੈਨੂੰ ਦੱਸਿਆ ਕੀ ਹੋਇਆ, ਮੈਨੂੰ ਸਮਝਾਇਆ ਕੀ ਹੋਇਆ, ਤੇ ਆਈ ਚੈਨਲ ਦੈਟ ਗੁੱਸਾ ਇਨਟੂ ਸਕਸੈਸ, ਆਈ ਯੂਜ਼ ਦੈਟ ਗੁੱਸਾ, ਆਈ ਯੂਜ਼ ਦੈਟ ਫਰਸਟ੍ਰੇਸ਼ਨ, ਐਂਡ ਆਈ ਵੈਂਟ ਔਨ ਐਂਡ ਆਈ ਡਿਡ ਮਾਈ ਯੂਨੀਵਰਸਿਟੀ ਸਟੱਡੀਜ਼, ਆਈ ਬੀਕੇਮ ਅ ਲਾਇਰ, ਆਈ ਸਟੱਡੀਡ ਹਾਰਡ, ਆਈ ਸਕਸੀਡਿਡ ਇਨ ਐਥਲੈਟਿਕਸ, I was a champion in martial arts, but I did this all as a way of defiance, to say, jinna marzi sanu khatam karan da koshish karde ne, unna jyada assi parfait hovange. And so I ask you, baby, talk to your kids about 1984. Talk to them about what happened, ode naal gallan karo, dasso ki ki hoya. Even in the itthe tak vi gall hagi hai, ke jehde gol dastar te khulli daadi di hai, main tuhane apni gall dassda, ਕਿ ਖੁੱਲੀ ਦਾੜੀ ਤੇ ਗੋਲ ਦਸਤਾਰ, ਜਦੋਂ ਪਹਿਲੀ ਵਾਰੀ ਮੈਂ ਪੱਗ ਦਸਤਾਰ ਬੰਨਣਾ ਸ਼ੁਰੂ ਕੀਤਾ, ਮੈਂ ਨੌਕ ਵਾਲੀ ਪੱਗ ਸ਼ੁਰੂ ਕੀਤਾ ਸੀਗਾ, ਤਾਂ ਅਚਾਨਕ ਹੀ ਮੈਨੂੰ ਗੋਲ ਪੱਗ ਉਦਾਂ ਫਿੱਟ ਸੀਗਾ, ਮੈਂ ਕਾਫੀ ਖੇਡਦਾ ਹੁੰਦਾ ਸੀਗਾ, ਸਪੋਰਟਸ ਖੇਡਦਾ ਸੀਗਾ, ਤੇ ਜਿਹੜਾ ਨੌਕ ਪੱਗ, ਸਾਰਿਆਂ ਨੂੰ ਪਤਾ ਕਿ ਨੌਕ ਪੱਗ ਇੰਨਾ ਸੈੱਟ ਨਹੀਂ ਰਹਿੰਦਾ ਸਿਰ ਤੇ ਜਿੰਨਾ ਗੋਲ ਪੱਗ ਰਹਿੰਦਾ, ਗੋਲ ਪੱਗ ਥੋੜ੍ਹਾ ਜਿਹਾ ਟਾਈਟ ਨਹੀਂ ਰਹਿੰਦਾ ਸਿਰ ਤੇ। ਸੋ ਮੈਂ ਥੋੜ੍ਹਾ ਜਿਹਾ ਉਦੋਂ ਗੋਲ ਪੱਗ ਨੂੰ ਵੈਸੇ ਇੱਦਾਂ ਲੱਗਿਆ, ਜਦੋਂ ਮੈਂ ਪਾਉਂਦਾ ਸੀਗਾ ਗੋਲੇ ਤਾਂ ਕਹਿੰਦੇ ਸੀ ਕਿ ਇਹ ਵਧੀਆ ਲੱਗਦਾ, ਗੋਲੇ ਤਾਂ ਕਹਿੰਦੇ ਸੀਗਾ ਬੜਾ ਸਟਾਈਲਿਸ਼ ਲੱਗਦਾ ਦਸਤਾਰ ਤੁਹਾਡਾ, ਪਰ ਮੈਨੂੰ ਵੱਧ ਤੋਂ ਵੱਧ ਕਿਵੇਂ ਕ੍ਰਿਟੀਸਾਈਜ਼ ਕੀਤਾ, ਵੱਧ ਤੋਂ ਵੱਧ ਤੁਸੀਂ ਫਾਰਜ਼ੋਰ ਕਿਵੇਂ ਕ੍ਰਿਟੀਸਾਈਜ਼ ਕੀਤਾ ਆਪਣੇ ਲੋਕਾਂ ਨੇ, ਮੈਂ ਬੜਾ ਹੈਰਾਨ ਹੋਇਆ। ਇੰਨੇ ਜ਼ਿਆਦਾ ਲੋਕ ਮੈਨੂੰ ਆ ਕੇ ਕਹਿੰਦੇ ਕਿ ਤੁਸੀਂ ਆਹ ਕੀ ਬਣਿਆ ਸਿਰ ਤੇ, ਮੈਂ ਕਿਹਾ ਭਾਈ ਸਾਹਿਬ ਜੀ ਦਸਤਾਰ ਹੈ, ਤੇ ਮੇਰੇ ਇੰਨੇ ਮੈਨੂੰ ਬਿਨਾਂ ਗੁੱਸੇ ਵੀ ਹੋਏ, ਮੈਂ ਹੈਰਾਨ ਹੋਇਆ ਕਿ ਇੱਦਾਂ ਕਿਉਂ ਹੋ ਰਿਹਾ। ਫਿਰ ਜਦੋਂ ਦਾੜੀ ਥੋੜ੍ਹੀ ਲੰਬੀ ਹੋ ਰਹੀ ਸੀਗੀ, ਮੈਂ ਇਹਨੂੰ ਖੁੱਲਾ ਰਹਿਣ ਦਿੱਤਾ, ਬਹੁਤ ਸਾਰੇ ਲੋਕ ਗੋਰੇ ਨਹੀਂ, ਗੋਰੇ ਇੱਕ ਨੇ ਮੈਨੂੰ ਪੁੱਛਿਆ, ਗੋਰੇ ਨੇ ਕਿਹਾ ਕਿ ਵਧੀਆ ਲੱਗਦਾ ਦਾੜੀ, ਤੁਹਾਡੀ ਵਧੀਆ ਲੱਗਦਾ ਦਸਤਾਰ, ਆਪਣੇ ਲੋਕਾਂ ਨੇ ਮੈਨੂੰ ਕਿਹਾ ਕਿ ਦਾੜ ਤੁਸੀਂ ਪਾਣੀ ਤੇ ਰੱਖੋ। ਤੇ ਜਦੋਂ ਇਲੈਕਸ਼ਨ ਲੜਨਾ ਸੀਗਾ, ਉਦੋਂ ਲੋਕਾਂ ਨੇ ਕਿਹਾ ਕਿ ਇੱਕ ਤਾਂ ਤੁਸੀਂ ਨੌਕ ਵਾਲੀ ਪੱਗ ਬੰਨੋ, ਦੂਜੀ ਤੁਸੀਂ ਦਾੜੀ ਨੂੰ ਬੰਨ ਕੇ ਰੱਖੋ।
ਮੈਂ ਕਿਹਾ ਗੋਲ ਦਸਤਾਰ ਮੇਰੀ ਗੋਲ ਰਹੂਗੀ, ਬੈਗ ਮੇਰੀ ਖੁੱਲੀ ਰਹੂਗੀ, ਜੇ ਕਿਸੇ ਨੇ ਗੋਲ ਪਾਉਣੀ ਆ ਨਾ ਪਾਉਣੀ ਆ ਉਹਨੇ ਦੀ ਮਰਜ਼ੀ ਆ। ਪਰ ਪਹਿਲਾਂ ਮੈਂ ਸੱਚੀ ਗੱਲ ਦੱਸਾਂ, ਮੇਰਾ ਸਿਰਫ ਉਸ ਇੱਕ ਸਟਾਈਲ ਕਰਕੇ ਸੀਗਾ ਜਾਂ ਇੱਕ ਫੰਕਸ਼ਨ, ਕਿਉਂਕਿ ਦਸਤਾਰ ਮੇਰੇ ਸਿਰ 'ਤੇ ਰਹਿੰਦਾ ਸੀਗਾ। ਪਰ ਜਦੋਂ ਮੈਂ ਪਤਾ ਕੀਤਾ ਕਿ ਲੋਕਾਂ ਨੂੰ ਇਤਰਾਜ਼ ਸੀਗਾ, ਮੈਂ ਖੋਜ ਕੀਤਾ ਕਿ ਉਹ ਇਤਰਾਜ਼ ਆ। ਜੇ ਦੇਖੀ ਜਾਵੇ 1984 ਤੋਂ ਤਕਰੀਬਨ 1992 ਤੱਕ 96 ਤੱਕ ਜੋ ਸਾਡੇ ਨਾਲ ਹੋਇਆ ਸੀਗਾ ਕਿ ਜਿਹਨਾਂ ਦੇ ਸਿਰ 'ਤੇ ਗੋਲ ਪੱਗ ਸੀਗਾ, ਜਿਹਨਾਂ ਦੇ ਖੁੱਲੀ ਦਾੜੀ ਸੀਗੀ, ਉਹਨੂੰ ਟਾਰਗੇਟ ਕੀਤਾ ਸੀਗਾ, ਉਹਨੂੰ ਟਾਰਗੇਟ ਕਰਕੇ ਉਹਨੂੰ ਮਾਰੇ, ਕਤਲੇਆਮ ਕੀਤਾ, ਫੌਸ ਇਨਕਾਊਂਟਰ ਕੀਤਾ। ਅਤੇ ਸਾਡੇ ਮਨ 'ਚ ਬ੍ਰੇਨ ਵਾਸ਼ਿੰਗ ਹੋਇਆ ਕਿ ਗੋਲ ਪੱਗ 'ਚ ਕੁਛ ਕਮੀ ਹੈ ਅਤੇ ਖੁੱਲੀ ਦਾੜੀ 'ਚ ਕੁਛ ਕਮੀ ਹੈ, ਇਹ ਸਾਡੇ ਨਾਲ ਬ੍ਰੇਨ ਵਾਸ਼ਿੰਗ ਹੋਈ ਹੈ। ਸੋ ਮੈਂ ਤਾਂ ਸੋਚਿਆ ਪਹਿਲਾਂ ਤਾਂ ਮੈਂ ਉਹਦੀ ਸ਼ੁਗਰ ਲਈ ਗੋਲ ਦਸਤਾਰ ਬਣਿਆ ਅਤੇ ਉਸ ਸ਼ੁਗਰ ਲਈ ਆਪਣੀ ਮਰਜ਼ੀ ਨਾਲ ਮੈਂ ਖੁੱਲੀ ਦਾੜੀ ਰੱਖੀ ਹੈ। ਫਿਰ ਮੈਂ ਸੋਚਿਆ ਕਿ ਮੈਂ ਜਾਣ ਕੀ ਕਰੂੰਗਾ, ਕਿਉਂਕਿ ਜੇ ਪਾਰਲੀਮੈਂਟ ਦੇ ਵਿੱਚ ਇੱਕ ਗੋਲ ਦਸਤਾਰ ਤੁਸੀਂ ਦੇਖ ਸਕਦੇ ਹੋ, ਜੇ ਪਾਰਲੀਮੈਂਟ ਦੇ ਵਿੱਚ ਇੱਕ ਖੁੱਲੀ ਦਾੜੀ ਦੇਖ ਸਕਦੇ ਹੋ, ਤਾਂ ਅਸੀਂ ਦਿਖਾ ਸਕਦੇ ਹਾਂ ਹਿੰਦੁਸਤਾਨ ਦੀ ਸਰਕਾਰ ਨੂੰ, ਆਹ ਦੇਖੋ ਅਸੀਂ ਹੈਗੇ ਹਾਂ। ਸੋ ਬੇਨਤੀ ਸੀਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ, ਸਪੈਸੀਫਿਕਲੀ ਆਪਣੇ ਜੋ ਪਰਸਨਲ ਕਹਾਣੀਆਂ ਨੇ 1984 ਬਾਰੇ ਗੱਲ ਕਰੋ। ਦੂਜੀ ਗੱਲ ਇਹ ਆ ਕਿ ਜੇ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਜੇ ਅਸੀਂ ਇਨਵਾਇਰਮੈਂਟਲਿਸ ਹੈਗੇ ਹਾਂ, ਸਾਨੂੰ ਕੁਦਰਤ ਦਾ ਫਿਕਰ ਹੈਗਾ ਆ ਅਤੇ ਕੁਦਰਤ ਦਾ ਫਿਕਰ ਹੈਗਾ ਆ ਅਤੇ ਦਰੱਖਤ ਬਹੁਤ ਸਾਰੇ ਲੋਕ ਵੱਢ ਲੈਂਦੇ, ਦੇ ਆਰ ਚੋਪਿੰਗ ਡਾਊਨ ਟਰੀਜ਼, ਲੈਟਸ ਸੇ ਯੂ ਆਰ ਕੰਸਰਨਡ ਅਬਾਊਟ ਦੀ ਇਨਵਾਇਰਮੈਂਟ ਐਂਡ ਪੀਪਲ ਆਰ ਚੋਪਿੰਗ ਡਾਊਨ ਟਰੀਜ਼, ਆਰ ਰਿਸਪੌਂਸ ਵੁੱਡ ਬੀ ਲੈਟਸ ਗਰੋ ਮੋਰ ਟਰੀਜ਼, ਲੈਟਸ ਪਲਾਂਟ ਮੋਰ ਸੀਡਸ। That's what we need to do as Sikhs. They're attacking us as Sikhs for our identity, for our beliefs. Our response must be, let's create more Sikhs. Let's build more Sikhi. Let's grow more Sikhi. Let's plant the seeds of Sikhi. That's our response. If they want to cut them, they want to end us, then our response will be, you will not end us. We will grow stronger. We will grow louder and prouder. You will see more Sikhs across this country. You will see more Sikhs across this world. And one of the beauties of Sikhi, is that Sikhi isn't a faith of numbers. Sikhi, we've never had the majority of numbers. We've had the strength of our beliefs. Our beliefs are what have threatened people. There isn't just by chance that Sikhs were targeted. ਇਹ ਕੋਈ ਅਚਾਨਕ ਹੀ ਗੱਲ ਨਹੀਂ ਸੀ ਕਿ ਹਿੰਦੁਸਤਾਨ ਸਰਕਾਰ ਨੇ ਸਾਨੂੰ ਟਾਰਗੇਟ ਕੀਤਾ ਆ, ਇਹ ਅਚਾਨਕ ਹੀ ਨਹੀਂ ਹੋਇਆ। This wasn't by chance. This is something that has happened to Sikhs since the beginning of our history. ਤੇ ਤੁਸੀਂ ਸੋਚੋ ਕਿ ਏਦਾਂ ਕਿਉਂ ਹੋਇਆ? Why was it that Sikhs were targeted from the beginning? ਕਿ ਉਹਨੂੰ ਦਸਤਾਰ ਨਹੀਂ ਠੀਕ ਲੱਗਿਆ, ਇਹ ਸਾਨੂੰ ਸਾਡੀ ਜਿਹੜੀ ਸਰੂਪ ਨਹੀਂ ਠੀਕ ਲੱਗਿਆ, ਪਰ ਕਿਉਂ ਨਹੀਂ ਠੀਕ ਲੱਗੀ? ਪਹਾੜੀ ਰਾਜੇ ਜਿਹੜੇ ਜ਼ੁਲਮੀ ਸਰਕਾਰ ਸੀਗੇ, ਜ਼ੁਲਮੀ ਰਾਜੇ ਜਿਹੜੇ ਸੀਗੇ, ਮੁਗਲ ਜਿਹੜੇ ਸੀਗੇ, ਉਹਨੂੰ ਕੀ ਇਤਰਾਜ਼ ਸੀਗਾ? Why did they target Sikhs? Let's think about that. Because they didn't target anyone else. They targeted Sikhs specifically. Why? Sikhi is an option. We have two options in Sikhi. Sikhi is jaan ta si baagi hai, jaan si baadsha. Te baagi te baadsha kis layi? Baadsha ta si haleme raaj hunde hain, baagi ta si chahunde ke har ek ko insaaf hove, har ek ko barabarta hove. Te jehde zulmi raaje hunde ne, jehde zulm sarkaar hunda, ohnu eh gal bahut tang karda hai. Bahut tang karda hai, kyunki if we want to oppress somebody, we don't want a religion that believes in the equality of all people. If you want to keep people down, if you want a caste system which imposes on people inequality, je tusi chahunde ho ki log gulami ch rahen, ta tusi chahunde ho ki jaat paat jehda hai oh mazboot hove, je tusi zulmi sarkaar hai gaya, te je sikhi aake
ਆਵਾਜ਼ ਬੁਲੰਦ ਕਰਦੀ ਹੈ ਕਿ ਨਹੀਂ, ਹਰੇਕ ਇਨਸਾਨ ਆਜ਼ਾਦ ਆ, ਹਰੇਕ ਇਨਸਾਨ ਰੋਇਲ ਆ। ਦਿਸ ਇਜ਼ ਅ ਥ੍ਰੈਟ ਟੂ ਜ਼ੁਲਮੀ ਸਰਕਾਰਾਂ, ਐਂਡ ਦੈਟ ਥ੍ਰੈਟ ਬਿਗੈਨ ਵੈਨ ਵੀ ਟਾਕਡ ਅਬਾਊਟ ਇਕੁਆਲਿਟੀ, ਵੈਨ ਵੀ ਟਾਕਡ ਅਬਾਊਟ ਫ੍ਰੀਡਮ ਫਾਰ ਆਲ ਪੀਪਲ, ਵੈਨ ਵੀ ਟਾਕਡ ਅਬਾਊਟ ਇਕੁਆਲਿਟੀ ਇਨ ਮੈਨ ਐਂਡ ਵੁਮਨ, ਐਂਡ ਦੈਟ ਥ੍ਰੈਟ ਕੰਟੀਨਿਊਸ ਟੂ ਟੁਡੇ। Because if you look at Hindustan right now, Hindustan is built, India is built on inequality. Hindustan banya inequality utte. Jis desh de vich takriban 90% log bhukhe mar rahe ne, ta us desh de vich jehde zulmi kar rahe ne, jehde zulm kar rahe ne, oh chahunde ki lokan de man chode ki nahi, jithe tusi reh rahe ho eh theek hai, eh thoda karma hai, karma hai ki tusi garibi ch rehna hai। ਪਰ ਜਦੋਂ ਸਿੱਖ ਉੱਠ ਕੇ ਕਹਿੰਦੇ ਨਹੀਂ, ਇਹ ਤੁਹਾਡਾ ਕਰਮਾ ਨਹੀਂ ਹੈਗਾ, ਤੁਹਾਡੇ ਕੋਲ ਇਨਸਾਫ਼ ਹੋਣਾ ਚਾਹੀਦਾ, ਤੁਹਾਡੇ ਕੋਲ ਬਰਾਬਰਤਾ ਹੋਣਾ ਚਾਹੀਦਾ, ਤਾਂ ਜਿਹੜੇ ਜ਼ੁਲਮੀ ਸਰਕਾਰ ਨੇ ਉਹਨੂੰ ਪ੍ਰੋਬ ਹੁੰਦਾ ਆ, ਉਹਨੂੰ ਤੰਗ ਹੁੰਦਾ ਆ ਕਿ ਯਾਰ ਇੱਦਾਂ ਕਿਉਂ ਹੋ ਰਿਹਾ, ਅਸੀਂ ਇਸ ਗਰੁੱਪ ਨੂੰ ਖਤਮ ਕਰੀਏ। ਸੋ ਵਾਟ ਵੀ ਨੀਡ ਟੂ ਡੂ ਐਜ਼ ਅ ਰਿਸਪੌਂਸ ਵੈਨ ਵੀ ਟਾਕ ਅਬਾਊਟ ਜੈਨੋਸਾਈਡ, ਆਵਰ ਰਿਸਪੌਂਸ ਮਸਟ ਬੀ ਵੀ ਮਸਟ ਲਵ ਸਿੱਖੀ, ਗਰੋ ਟੁਵਰਡ ਸਿੱਖੀ, ਲਰਨ ਮੋਰ ਅਬਾਊਟ ਦ ਗੁਰੂ ਗ੍ਰੰਥ ਸਾਹਿਬ, ਲਰਨ ਮੋਰ ਅਬਾਊਟ ਦ ਪਾਥ ਆਫ ਅਵਰ ਗੁਰੂਜ਼, ਲਰਨ ਮੋਰ ਅਬਾਊਟ ਵਾਟ ਇਟ ਮੀਨਸ ਟੂ ਬੀ ਅ ਸਿੱਖ, ਦੈਟਸ ਆਵਰ ਰਿਸਪੌਂਸ ਟੂ ਦ ਜੈਨੋਸਾਈਡ। ਸੋ in closing, I just want to talk briefly about the idea of why do we remember, why do we talk about genocide? Asi nasu kushi di gal kyon karde hain? Sada jada jo sadma hoya, asi is liye gal kar rahe hain kyunki apna desh de vich apna jithe si rehne hain, je us sarkar ne jaan bojh ke sanu khatam karne da koshish kita hai, jo sanu pata hai je us desh de vich unhi plan tarike naal ਸਾਡੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ, ਜੇ ਪਲੈਨ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਨਸਲਕੁਸ਼ੀ ਹੋਇਆ, ਸਾਰਾ ਕੁਝ ਸੋਚ ਸਮਝ ਕੇ ਕੀਤਾ ਆ, ਜੇ ਸਾਰਾ ਕੁਝ ਸਿੱਖਾਂ ਦੇ ਖਿਲਾਫ਼ ਹੋਈ ਜਾਂਦਾ ਆ, ਤਾਂ ਫਿਰ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਉਸ ਥਾਂ 'ਚ ਕਿੱਦਾਂ ਰਹਿ ਸਕਦੇ ਹਾਂ, ਸਾਡੇ ਕੀ ਆਪਸ਼ਨਸ ਹੈਗੇ। ਜਿਹੜੇ ਡੈਮੋਕਰੇਸੀ ਨੇ ਸਾਡੇ ਕੋਲ ਹੱਕ ਵੀ ਹੁੰਦੇ ਨੇ, ਜਿਹੜੇ ਲੋਕਤੰਤਰ ਦੇਸ਼ ਹਨ ਸਾਡੇ ਹੱਕ ਵੀ ਹੁੰਦੇ, ਸਾਡੇ ਹੱਕ ਕੀ ਹੈਗੇ, ਸਾਡਾ ਹੱਕ ਹੈਗਾ ਕਿ ਅਸੀਂ ਆਜ਼ਾਦੀ 'ਚ ਰਹਿ ਸਕਦੇ ਹਾਂ। ਕਈਆਂ 'ਚ ਗੁਲਾਮੀ ਸੋਚ ਪੈਦਾ ਹੋਇਆ ਕਿ ਨਹੀਂ ਅਸੀਂ ਆਜ਼ਾਦੀ 'ਚ ਨਹੀਂ ਰਹਿ ਸਕਦੇ, ਮੈਂ ਤੁਹਾਨੂੰ ਇਹ ਗੱਲ ਸਾਫ਼ ਕਰਨਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਜਿਹੜਾ ਕਾਨੂੰਨ ਹੈ, ਜਿਹੜਾ ਯੂਨਾਈਟਿਡ ਨੇਸ਼ਨ ਦੇ ਵਿੱਚ ਕਾਨੂੰਨ ਹੈ ਕਿ ਅਸੀਂ ਆਜ਼ਾਦੀ 'ਚ ਰਹਿ ਸਕਦੇ ਹਾਂ, ਇਹ ਸਾਡਾ ਹਰੇਕ ਇਨਸਾਨ ਇਹ ਮਨੁੱਖੀ ਹੱਕ ਆ, ਹਰੇਕ ਇਨਸਾਨ ਕੋਲ ਹੱਕ ਆ ਕਿ ਉਹ ਆਜ਼ਾਦੀ 'ਚ ਰਹਿ ਸਕਦੇ ਆ। ਅਤੇ ਜੇ ਅਸੀਂ ਆਪਣਾ ਜਿੱਥੇ ਰਹਿੰਦੇ ਹਾਂ ਜੇ ਉੱਥੇ ਅਸੀਂ ਆਜ਼ਾਦੀ 'ਚ ਨਹੀਂ ਰਹਿ ਸਕਦੇ, ਜੇ ਉੱਥੇ ਸਾਡੇ ਨਾਲ ਧੱਕਾਸ਼ਾਹੀ ਹੋ ਰਿਹਾ, ਜੇ ਉੱਥੇ ਸਾਡੇ ਆਪਣੀ ਸਰਕਾਰ ਸਾਨੂੰ ਮਾਰਨ ਨੂੰ ਫਿਰਦੀ, ਜੇ ਆਪਣੀ ਸਰਕਾਰ ਉਹਨਾਂ ਦੇ ਨਿਵਾਸੀਆਂ ਦੇ ਉੱਤੇ ਹਮਲਾ ਕਰ ਰਹੀ ਹੈ, ਸਾਨੂੰ ਖਤਮ ਕਰ ਰਹੀ ਹੈ, ਤਾਂ ਫਿਰ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਉੱਥੇ ਰਹਿ ਸਕਦੇ ਕਿ ਨਹੀਂ। ਕਿਉਂਕਿ ਇਹ ਕੋਈ ਆਪਸ਼ਨ ਨਹੀਂ ਹੈਗਾ ਕਿ ਅਸੀਂ ਉੱਥੋਂ ਉੱਠ ਕੇ ਕਿਸੇ ਹੋਰ ਦੇਸ਼ ਚਲੇ ਜਾਵਾਂਗੇ, ਹੋਰ ਉਸ ਦੇਸ਼ ਦੇ ਵਿੱਚ ਇਹ ਧੱਕਾ ਹੁੰਦਾ ਅਤੇ ਹੋਰ ਦੇਸ਼ ਚਲਾ ਜਾਵਾਂਗੇ, ਤਾਂ ਜੇ ਆਪਣੇ ਘਰ ਨਹੀਂ ਹੁੰਦਾ ਤਾਂ ਬਹੁਤ ਔਖਾ ਹੈਗਾ ਜੂਣਾ। ਸੋ ਸਾਨੂੰ ਸੋਚਣਾ ਚਾਹੀਦਾ ਕਿ ਆਪਣਾ ਘਰ ਜੇ ਨਹੀਂ ਹੈਗਾ ਤਾਂ ਅਸੀਂ ਆਪਣਾ ਘਰ ਕਿਉਂ ਨਹੀਂ ਨਾ ਬਣਾਈਏ, ਇਹ ਸਾਡੇ ਕੋਲ ਹੱਕ ਹੈਗਾ ਆ, ਅਤੇ ਇਹਦੇ ਬਾਰੇ ਗੱਲ ਕਰਨ 'ਚ ਕੋਈ ਡਰ ਵਾਲੀ ਗੱਲ ਨਹੀਂ ਹੈ, ਅਸੀਂ ਖੋਲ੍ਹ ਕੇ ਗੱਲ ਕਰ ਸਕਦੇ ਹਾਂ, ਸਾਡਾ ਕਾਨੂੰਨੀ ਹੱਕ ਆ, ਅਤੇ ਇਹ ਤੋਂ ਅਸੀਂ ਡਰਨਾ ਨਹੀਂ ਚਾਹੀਦਾ। ਅਤੇ ਇੱਥੇ ਲੀਡਰਸ਼ਿਪ ਦੀ ਗੱਲ ਆਉਂਦੀ ਹੈ, ਅਸੀਂ ਕਈ ਵਾਰੀ ਸੋਚਦੇ ਕਿ ਲੀਡਰਸ਼ਿਪ ਸਾਡੀ 'ਚ ਕਮੀ ਹੈ। ਮੈਂ ਤੁਹਾਨੂੰ ਆਪਣੀ ਵਿਚਾਰ ਸਾਂਝੀ ਕਰਨਾ ਚਾਹੁੰਦਾ ਕਿ ਸਾਡੇ 'ਚ ਇੱਕ ਗੁਲਾਮੀ ਸੋਚ ਹੈਗਾ ਆ, ਅਸੀਂ ਹਰ ਵਕਤ ਸੋਚ ਰਹੇ ਹਾਂ ਕਿ ਕੋਈ ਆ ਕੇ ਸਾਨੂੰ ਬਚਾਊਗਾ, ਕੋਈ ਲੀਡਰ ਆ ਕੇ ਸਾਨੂੰ ਰਸਤਾ ਦਿਖਾਊਗਾ, ਕੋਈ ਦੂਰੋਂ ਆ ਕੇ ਕੋਈ ਆਊਗਾ, ਅਸੀਂ ਉਡੀਕ ਰਹੇ ਹਾਂ ਕੋਈ ਆ ਕੇ ਸਾਨੂੰ ਬਚਾਵੇ, ਇਹ ਗੁਲਾਮੀ ਸੋਚ ਆ। ਅਸਲ 'ਚ ਜਿਹੜੀ ਲੀਡਰਸ਼ਿਪ ਹੈ ਤੁਹਾਡੇ ਸਾਰਿਆਂ 'ਚ ਹੈਗਾ ਆ,
ਤੁਸੀਂ ਉੱਠ ਕੇ ਬਹੁਤ ਕੁਛ ਕਰ ਸਕਦੇ ਹੋ। ਸਾਨੂੰ ਕਿਸੇ ਹੋਰ ਉਡੀਕਣ ਦੀ ਲੋੜ ਨਹੀਂ, ਤੁਸੀਂ ਆਪ ਲੀਡਰ ਹੈਗੇ ਹੋ। ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਸਿਖਾਇਆ, ਆਪਣੇ ਇਗਜ਼ੈਂਪਲ ਲੈ ਕੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਆਪ ਛਕਾਇਆ ਤੇ ਆਪ ਅੰਪਨ ਪਿਆਰੇ ਤੋਂ ਛਕਿਆ। ਇਹ ਇਗਜ਼ੈਂਪਲ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਗੁਰੂ ਪੰਥ ਤੇ ਗੁਰੂ ਗ੍ਰੰਥ ਦੋਵੇਂ ਹੈਗੇ ਤੇ ਲੀਡਰਸ਼ਿਪ ਇੱਕ ਬੰਦੇ ਚ ਨਹੀਂ ਹੈਗਾ, ਤੁਹਾਡੇ ਸਾਰੇ ਹੈਗਾ ਆ। ਸੋ ਅਸੀਂ ਇੱਕ ਲੀਡਰ ਦੇ ਮਦਦ ਨਾਲ ਲੱਗੀ ਹੈ, ਅਸੀਂ ਆਪ ਹਰੇਕ ਇਨਸਾਨ ਉੱਠ ਕੇ, ਹਰੇਕ ਸਿੱਖ ਉੱਠ ਕੇ ਅਸੀਂ ਲੀਡਰ ਬਣ ਸਕਦੇ ਹਾਂ। ਤੇ ਅਸੀਂ ਬਹੁਤ ਦੇਖ ਚੁੱਕੇ ਹਾਂ ਕਿ ਜਿਹੜੇ ਲੀਡਰ ਹੈਗੇ ਉਹ ਪਬਲਿਕ ਦੇ ਪਿੱਛੇ ਲੱਗੇ ਹੁੰਦੇ ਨੇ, ਉਹ ਸੂਹ ਤੇ ਖੜੇ ਨਹੀਂ ਹੁੰਦੇ, ਆਪਣੇ ਪ੍ਰਿੰਸੀਪਲ ਦਿਖਾਉਣ ਨੂੰ ਨਹੀਂ ਹੈਗੇ, ਉਹ ਵਿਜੇ ਮਗਰ ਪਿੱਛੇ ਲੈ, ਉਹ ਇੰਡੀਆ ਲਾਲ ਬੱਤੀ ਮਗਰ ਪਛਦੇ ਨੇ। ਸਾਨੂੰ ਇੱਧਰ ਦੇ ਲੀਡਰ ਕੋਈ ਚਾਹੀਦਾ ਨਹੀਂ ਹੈਗਾ। ਵੀ ਨੀਡ ਲੀਡਰਸ ਟੂ ਸਟੈਂਡ ਅਪ ਫਾਰ ਸਿੱਖ ਪ੍ਰਿੰਸੀਪਲਸ, ਵੀ ਨੀਡ ਲੀਡਰਸ ਟੂ ਸਟੈਂਡ ਅਪ ਫਾਰ ਦਿਸ ਕਮਿਊਨਿਟੀ, ਐਂਡ ਈਚ ਐਂਡ ਐਵਰੀ ਵਨ ਆਫ ਯੂ ਕੈਨ ਬੀ ਅ ਸਿੱਖ ਲੀਡਰ। ਦ ਯੂਥ ਦੈਟ ਆਰ ਹੇਅਰ ਟੂਡੇ ਆਰ ਆਵਰ ਫਿਊਚਰ, ਵੀ ਨੀਡ ਟੂ ਐਨਕਰੇਜ ਦੈਮ ਟੂ ਬੀ ਆਵਰ ਲੀਡਰਸ, ਬਿਕਾਜ਼ ਵੀ ਨੀਡ ਦਿਸ ਲੀਡਰਸ਼ਿਪ ਟੂ ਗ੍ਰੋ ਦ ਕੌਮ, ਵੀ ਨੀਡ ਟੂ ਰਿਸਪੌਂਡ ਟੂ ਦਿਸ ਜੈਨੋਸਾਈਡ, ਵੀ ਨੀਡ ਟੂ ਸਟੈਂਡ ਟੁਗੈਦਰ ਫਾਰ ਸਿੱਖੀ ਐਂਡ ਫਾਰ ਹਿਊਮੈਨਿਟੀ। ਵੀ ਆਰ ਦੀ ਓਨਲੀ ਸਪਿਰਚੁਅਲ ਟ੍ਰੈਡੀਸ਼ਨ ਇਨ ਦ ਵਰਲਡ ਜਿਹੜੇ ਰੋਜ਼ ਅਸੀਂ ਅਰਦਾਸ ਕਰਦੇ ਹਾਂ ਸਰਬੱਤ ਦਾ ਭਲਾ ਬਾਰੇ, ਤੇ ਅਸੀਂ ਇਸ ਸੋਹਣੇ ਬੂਟੇ ਨੂੰ ਹੋਰ ਪ੍ਰਫੁੱਲ ਕਰਨ ਲਈ ਵੀ ਨੀਡ ਟੂ ਇੰਗੇਜ ਆਲ ਆਵਰ ਯੂਥ, ਆਲ ਦ ਪੀਪਲ ਹੇਅਰ ਟੁਡੇ। ਥੈਂਕ ਯੂ ਸੋ ਮਚ ਫਾਰ ਗਿਵਿੰਗ ਮੀ ਸਮ ਟਾਈਮ ਟੂ ਸ਼ੇਅਰ ਮਾਈ ਥੌਟਸ ਵਿਦ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।